88 साल ਦੇ ਉਹ ਮੈਂ 6ਵੀਂ ਚ ਪੜਦਾ ਸਾਂ 6ਵੀਂ ਚ ਪੜਦੇ ਸੀ 6ਵੀਂ ਪੜਦਾ ਸਾਂ ਅੱਛਾ ਇਸੇ ਪਿੰਡ ਚ ਸਕੂਲ ਸੀ ਤੁਹਾਡਾ ਨਹੀਂ ਇਹ ਉਦੋਂ ਹੁਣ ਪ੍ਰਾਇਮਰੀ ਹੈ 5ਵੀਂ ਤੱਕ ਅੱਛਾ ਉਹਦੇ ਟੋਚੀ ਤੱਕ ਪ੍ਰਾਇਮਰੀ ਤੱਕ ਹੁੰਦੀ ਸੀ ਹੁੰਦੀ ਸੀ ਤੇ ਅਗਾਂ ਫਿਰ 5ਵੀਂ ਜਾ ਕੇ ਨਾ ਅਸੀਂ ਹਾਈ ਸਕੂਲ ਹੈ ਉੱਥੇ ਪਾੜੰਗ ਅਸੀਂ ਉੱਥੇ ਪੜਨ ਜਾਂਦੇ ਹੁੰਦੇ ਹਾਂ 5ਵੀਂ ਤੋਂ ਲੱਗ ਕੇ ਅੱਛਾ ਫਿਰ ਅਗਾਂ 6ਵੀਂ ਚ ਸਹੀ ਅਗਾਂ 10ਵੀਂ ਤੱਕ ਹੁੰਦਾ ਸੀ ਉਹ 10ਵੀਂ ਤੱਕ ਹੁੰਦਾ ਸੀ ਠੀਕ ਹੈ ਤੇ ਤੁਸੀਂ ਉੱਥੇ ਜਾਂਦੇ ਸੀ ਪਹਾੜੰਗ ਹਾਂਜੀ ਹਾਂਜੀ ਨਾਲ ਤੁਹਾਡੇ ਬੱਚੇ ਪੜਦੇ ਸੀਗੇ ਬਿਲਕੁਲ ਸਿੱਖ ਬੱਚੇ ਜਾਂ ਹਿੰਦੂ ਪੜਦੇ ਸਨ ਜਿਹਨੇ ਮੈਂ ਨਾਂ ਉਹਦਾ ਲੈਂਦਾ ਵੀ ਰਿਹਾ ਤੁਹਾਡੇ ਸਾਹਮਣੇ ਮੈਂ ਹਾਂ ਹਾਂ ਉਹਨੇ ਨਾਂ ਲੈਂਦਾ ਵੀ ਰਿਹਾ ਕਿਹੜੇ ਕਿਹੜੇ ਬੱਚੇ ਤੁਹਾਡੇ ਨਾਲ ਪੜਦੇ ਸੀ ਇੱਕ ਅਮਰੀਕ ਸਿੰਘ ਸੀ ਅਮਰੀਕ ਸਿੰਘ ਅਸੀਂ ਉਹਨੂੰ ਅਮਰੀਕਾ ਅਮਰੀਕਾ ਨੂੰ ਨਿਹਾਂ ਤੋਂ ਅੰਜੋ ਉਹਦਾ ਨਾਂ ਚਲੋ ਅਮਰੀਕ ਸਿੰਘ ਹੋਣਾ ਅੱਛਾ ਇਹ ਇੱਕ ਮਜ਼ਾਕ ਦੀ ਗੱਲ ਹੈ ਭਈ ਸਾਡੇ ਘਰ ਦੇ ਨਾਲ ਹੀ ਘਰ ਸੀ ਉਹਦਾ ਅਮਰੀਕ ਦਾ ਅਮਰੀਕ ਦਾ ਉਹਦੇ ਪਿਤਾ ਦਾ ਨਾਮ ਯਾਦ ਹਾਂਜੀ ਕੀ ਨਾਂ ਸੀ ਉਹਦਾ ਉਹਦਾ ਨਾਂ ਸੀ ਮਈਆ ਸਿੰਘ ਮਈਆ ਸਿੰਘ ਠੀਕ ਹੈ ਬਹੁਤ ਵੱਡਾ ਜਵਾਨ ਸੀ ਥੋੜਾ ਜਿਹਾ ਮਜ਼ਬੀ ਜਿਵੇਂ ਹੁੰਦਾ ਨਾ ਉਹਦੇ ਬੰਦਾ ਕਿ ਜਦੋਂ ਸਾਡਾ ਤੇ ਉਹਨਾਂ ਦਾ ਮਰਬਾ ਵੀ ਨਾਲੋਂ ਨਾਲ ਸੀ ਅੱਛਾ ਕੱਟੇ ਹਨ ਬਈ ਵਿੱਚ ਸੜਕ ਸੀ ਇਸ ਪਾਸੇ ਸਾਡਾ ਸੀ ਇਸ ਪਾਸੇ ਉਹਨਾਂ ਦਾ ਸੀ ਉਹ ਜਦੋਂ ਲੋੜੇ ਦਾ ਜਾਨੋਂ ਨਹੀਂ ਧਾਰਾ ਕਰਨ ਵਾਸਤੇ ਦੇ ਰਿਹਾ ਆਪਣੇ ਅੱਛਾ ਤੁਸੀਂ ਹਰ ਉਹਨ ਕੀ ਗੁਟਕਾ ਦੇ ਸੁਣੀ ਉਹ ਅੱਛੇ ਜਿਹੜਾ ਆਕੇ ਨਾ ਬਲਟੋਈ ਸੇਤੇ ਤੂੰ ਪੜਦਾ ਜਾਂਦਾ ਹੁੰਦਾ ਸੀ ਅਸੀਂ ਵੇਹਨੇ ਨਾ ਪੜਦਾ ਜਾਂਦਾ ਨਾ ਦੀ ਅਸੀਂ ਆਨੇ ਹੈ ਆਪਣਾ ਘੁੰਮਜ ਵੀ ਤੋਟੇ ਕੋ ਪੜਨਾ ਪੜਾ ਅੱਛਾ हाँ जी साडे ना अपना जेड़ा सौ वाला पिंड है वो असी सियालकोट विच उठ के साडे बजुर्ग जेड़े ने बाद विच गए सन ते साडा जेड़ा सी सौ वाला असी उठी इत्थों उठ के ते उस पिंड दा भी नाम जाके सौ वाला रख लिया वैसे कागजा विच जेड़ा वो चक नंबर 132 आठवीं वाजदा सी असी उठे जेड़ा ना साडी उठे रिहायश हैगी सी असी जेड़ी मैं वीडियो वेखी हैगी है ये सलीम जड़ा है इनू मैं जाति तौर से पछाणना भी हाँ तो जानता भी हाँ चौधरी बरकत का लड़का है जेड़ा चाचा सी मेरा ख्याल है जिस तिकर माड़ा जहा अंदाजा मोहम्मद मालिक मोहम्मद मालिक जड़ा सी बीबी बाल कौर जड़ा सी ना वो नाल इन्होंने संबंध चंगे सन ये जब बीबी बाल कौर ने जाना बाहर अंदर तो वह मोहम्मद मालिक ने नाल दूसरा चुक लेना तो नाल जड़ा ही ना उन्हों मतलब नाल नाल लई फिरना करना ये मतलब जरा ना साडे हैगा सरदार दलीप सिंह का पिंड शहीद का ननकाना साहब जो शहीद होए सन हाँ जी तो ये सरदार दलीप सिंह का जोड़ा है वो टब्बर के बाबा गुरदयाल सिंह जी ने ते वो लड़की सी एक बाबे सरदार दलीप सिंह की हरबंस कौर सी हरबंस कौर से वो घर की जी आडी जी ताई सी और घरों जो बाबा दलीप सिंह जी वह ना लक्ष्मण कौर सी है वो इतने भी साढ़े उतों इतने भी आए साढ़े तो वो ये हैगा उन्होंने अं गुरपुरब वगैरह उ मनाते चंकी तरह
ਤੇ ਅਸੀਂ ਆਪਣਾ ਸਾਲ ਬਾਅਦ ਜਦੋਂ ਪਾਰਟੀਸ਼ਨ ਹੋ ਗਈ ਹੈ ਫਿਰ ਬਾਅਦ 'ਚ ਵੀ ਜਾਂਦੇ ਰਹੇ ਹਾਂ ਉੱਥੇ ਗੁਰਪੁਰਬ ਮਨਾਉਣ ਵਾਸਤੇ। ਅੱਛਾ ਜੀ। ਬਾਅਦ 'ਚ ਵੀ ਜਾਂਦੇ ਰਹੇ ਹਾਂ ਅਸੀਂ ਉੱਥੇ ਗੁਰਪੁਰਬ ਮਨਾਉਣ ਵਾਸਤੇ ਅਤੇ ਉੱਥੇ ਸਾਡੇ ਜਿਹੜੇ ਨੇ ਦੱਸਦੇ ਵੱਡੇ ਵਡੇਰੇ ਦੱਸਦੇ ਨੇ ਮੁਸਲਮਾਨ ਜਿਹੜੇ ਨੇ ਉਜਾਗਰ ਸਿੰਘ ਸੀ ਮਾਂਗਟਾਂ ਵਾਲਾ ਉਹ ਬੰਦੋਬਸਤ ਕਰਦਾ ਹੁੰਦਾ ਸੀ ਉੱਥੇ ਉਹ ਜਿਹੜਾ ਸੀ ਉਹ ਇੱਥੇ ਉੱਦਮ ਉਹ ਦਿੰਦਾ ਹੁੰਦਾ ਸੀ ਕਿਸਾਨ ਦਾ ਉਹਨੇ ਪਾਸਪੋਰਟ ਵੀ ਲੋਕਾਂ ਦੇ ਉਹਨੇ ਤਿਆਰ ਕਰਵਾਏ ਫਿਰ ਵੀਜ਼ੇ ਵੀ ਉਹਨੇ ਲਵਾਉਣੇ ਅਤੇ ਫਿਰ ਲੋਕਾਂ ਨੂੰ ਲੈ ਕੇ ਜਾਣਾ ਉੱਥੇ ਗੁਰਪੁਰਬ ਵਗੈਰਾ ਮਨਾ ਕੇ ਉੱਥੇ ਆਉਣਾ। ਹੁਣ ਤਾਂ ਦੱਸਦੇ ਨੇ ਉੱਥੇ ਕੋਈ ਪ੍ਰਾਇਮਰੀ ਸਕੂਲ ਉਹਨਾਂ ਨੇ ਬਣਾ ਦਿੱਤਾ ਪਤਾ ਨਹੀਂ ਕੀ ਹੈ ਅਤੇ ਅੱਛਾ ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜਿਹੜਾ ਹੈਗਾ ਮੈਂ ਅਮਰੀਕ ਸਿੰਘ ਮੇਰਾ ਨਾਂ ਹੈ ਅਤੇ ਮੈਂ ਸਰਦਾਰ ਮਈਆ ਸਿੰਘ ਦਾ ਲੜਕਾ ਹੈਗਾ। ਮੇਰਾ ਦਾਦਾ ਸਾਹਿਬ ਦਾ ਨਾਂ ਗੰਡਾ ਸਿੰਘ ਸੀ ਅਤੇ ਮੇਰੇ ਬਾਪ ਦਾ ਜਿਹੜਾ ਦਾਦਾ ਸੀ ਉਹਦਾ ਨਾਂ ਸੰਤ ਸਿੰਘ ਸੀ। ਹਾਂਜੀ ਸੰਤ ਸਿੰਘ ਅਤੇ ਸੰਤ ਸਿੰਘ ਦੇ ਲੜਕੇ ਸਨ ਗੰਡਾ ਸਿੰਘ ਅਤੇ ਖੜਕ ਸਿੰਘ। ਅੱਛਾ ਜੀ। ਦੋਵੇਂ ਭਰਾ ਸਨ ਅਤੇ ਖੜਕ ਸਿੰਘ ਦੇ ਜਿਹੜੇ ਹਨ ਉਹ ਔਲਾਦ ਜਿਹੜੀ ਸੀ ਉਹ ਸੰਤੋਖ ਸਿੰਘ ਅਤੇ ਗੋਪਾਲ ਸਿੰਘ ਸਨ ਅਤੇ ਗੰਡਾ ਸਿੰਘ ਦੀ ਔਲਾਦ ਜਿਹੜੀ ਸੀ ਉਹ ਮਈਆ ਸਿੰਘ ਸੀ ਉਹਦੇ ਅਸੀਂ ਬੱਚੇ ਹਾਂ। ਠੀਕ ਠੀਕ। ਹਾਂਜੀ ਜਿਹੜਾ ਸਲੀਮ ਹੈ ਇਹ ਤੁਹਾਡਾ ਪੜ੍ਹਦਾ ਸੀ? ਹਾਂਜੀ ਇਹ ਸਲੀਮ ਨਾਲ ਦੇ ਨਾਲ ਜਮਾਤ 'ਚ ਤਾਂ ਨਹੀਂ ਸੀ ਅੱਗੇ ਪਿੱਛੇ ਸਾਲ ਸੀ ਉੱਦਾਂ ਮੈਂ ਚੰਗੀ ਤਰ੍ਹਾਂ ਜਾਣਨਾ। ਕਿੱਥੇ ਪੜ੍ਹਨ ਜਾਂਦੇ ਸੋ? ਅਸੀਂ ਪਹਿਲੋਂ ਪ੍ਰਾਇਮਰੀ ਸਕੂਲ ਦੇ ਅਸੀਂ ਸਾਡੇ ਪਿੰਡ ਹੀ ਸੀ ਉੱਥੇ ਪੜ੍ਹੇ ਹਾਂ ਉਦੋਂ ਬਾਅਦ ਫਿਰ ਪਾਠਕ ਪੰਜਵੀਂ ਜਮਾਤ ਚੌਥੀ ਤੀਕਰ ਸੀ ਇੱਥੇ ਕੁੜੀਆਂ ਦਾ ਸਕੂਲ ਵੀ ਹੈਗਾ ਸੀ ਮੁੰਡਿਆਂ ਦਾ ਵੀ ਸਕੂਲ ਸਾਡੇ ਪਿੰਡ ਹੈਗਾ ਸੀ ਕੁੜੀਆਂ ਦਾ ਵੀ ਚੌਥੀ ਤੀਕਰ ਮੁੰਡਿਆਂ ਦਾ ਵੀ ਚੌਥੀ ਤੀਕਰ ਅਤੇ ਪਾਠਕ ਜਿਹੜਾ ਸੀ ਨਾ ਉਹ ਹਾਈ ਸਕੂਲ ਸੀ ਅਸੀਂ ਪਾਠਕ ਜਿਹੜਾ ਨਾ ਉਹ ਪੰਜਵੀਂ ਜਮਾਤ ਜਿਹੜੀ ਉਹ ਪਾਠਕ ਦਾਖਲ ਹੋਈ ਸੀ ਅਤੇ ਉਹਨੂੰ ਫਿਰ ਬਾਅਦ ਪਾਰਟੀਸ਼ਨ ਬਣ ਗਈ ਪਾਰਟੀਸ਼ਨ ਬਣਨ ਤੋਂ ਬਾਅਦ ਫਿਰ ਇੱਦਾਂ ਹੀ ਫਿਰ ਨਿਕਲ ਆ ਗਏ। ਅੱਛਾ ਹੁਣ ਜੇ ਉਹਨਾਂ ਨੰਬਰ ਲੱਭਦਾ ਉਹਨਾਂ ਦਾ ਮੋਬਾਈਲ ਨੰਬਰ ਸਲੀਮ ਦਾ ਗੱਲ ਕਰੋਗੇ ਉਹਨਾਂ ਨਾਲ? ਹਾਂਜੀ ਕਰਾਂਗਾ ਜੀ ਬੜੇ ਬਹੁਤ ਕਰਾਂਗਾ ਗੱਲਾਂ ਯਾਦ ਅੱਜ ਉਹਦੀ ਮੈਂ ਉਹਨਾਂ ਦੀ ਵੀਡੀਓ ਸੁਣੀ ਹੈ ਇਹ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਸਾਰਾ ਪਹਿਲਾਂ ਹੀ ਪਤਾ ਹੈਗਾ। ਹਾਂਜੀ ਪਤਾ ਅਤੇ ਗੱਲਾਂ ਸਾਂਝੀਆਂ ਕਰਾਂਗੇ ਨਾਲੇ ਆਪਣਾ ਪਿੰਡ ਦਾ ਪਿੰਡ ਦੇ ਧਰਤੀ ਦਾ ਕੋਈ ਜੀ ਮਿਲ ਜਾਏ ਤਾਂ ਕਿੱਡੀ ਵੱਡੀ ਖੁਸ਼ੀ ਹੁੰਦੀ ਹੈਗੀ ਹੈ। ਬਿਲਕੁਲ। ਹਾਂਜੀ ਬੜਾ ਪਿਆਰ ਹੁੰਦਾ। ਹਾਂਜੀ ਸਲਾਮ ਅਲੈਕਮ ਜੀ ਸਲੀਮ ਜੀ ਵਾਲੇਕਮ ਸਲਾਮ ਜੀ ਠੀਕ ਹੈ ਜੀ ਬੜੀ ਖੈਰ ਖਰੀਅਤ ਹੈ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਆਪਣੀ ਆਰਬੀ 132 ਵਾਲੇ ਦੀ ਧਰਤੀ ਨੂੰ ਨਮਸਕਾਰ ਕਰਨਾ ਸੱਚੇ ਪਾਤਸ਼ਾਹ ਨੇ ਜਿੱਥੇ ਸਾਨੂੰ ਜਨਮ ਦਿੱਤਾ ਅਤੇ ਤੁਹਾਡੇ ਵਰਗੇ ਸੋਹਣੇ ਭਰਾਵਾਂ ਨਾਲ ਜਿਹੜਾ ਉੱਥੇ ਮੇਲ ਮਿਲਾਪ ਰਿਹਾ ਅਤੇ ਤੁਸੀਂ ਜਿਹੜੀ ਸਾਡੀ ਮਦਦ ਕੀਤੀ ਤੁਹਾਡਾ ਵੀ ਬੜਾ ਥੈਂਕਸ ਕਰਨਾ ਜਦੋਂ ਅਸੀਂ ਪਾਕਿਸਤਾਨ 'ਚੋਂ ਨਿਕਲੇ ਹਾਂ ਪਾਕਿਸਤਾਨ ਤੋਂ ਪਹਿਲਾਂ ਵੀ ਸਾਡਾ ਭਾਈਚਾਰਾ ਬਹੁਤ ਸੀ ਜੇ ਜੋ ਹਮਦਰਦੀ ਤੁਸੀਂ ਪਾਕਿਸਤਾਨ 'ਚੋਂ ਸਾਨੂੰ ਨਿਕਲ ਲੱਗਿਆ ਸਾਡੀ ਮਦਦ ਕੀਤੀ ਉਹ ਕਦੀ ਭੁੱਲਣ ਯੋਗ ਨਹੀਂ ਹੈਗੀ ਸਲੀਮ ਜੀ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਨਾ ਬੜਾ ਬੜਾ ਪਰਮਾਤਮਾ ਦਾ ਸ਼ੁਕਰ ਕਰਨਾ ਕਿ ਮੇਰੇ ਯਾਰ ਦੀ ਮੁਲਾਕਾਤ ਮੇਰੇ ਨਾਲ ਹੋਈ ਹੈ ਹੋਰ ਸੁਣਾਓ ਪਰਿਵਾਰ ਦਾ ਹਾਂ ਪਰਿਵਾਰ ਦਾ ਸੁਣਾਓ ਚਾਚਾ ਗਾਮਾ ਜਿਹੜਾ ਹੁੰਦਾ ਸੀ ਬੱਕਰੀਆਂ ਵਾਲਾ ਉਹਨਾਂ ਦੇ ਪਰਿਵਾਰ ਦੀ ਮੈਨੂੰ ਗੱਲ ਦੱਸੋ ਹਾਂਜੀ 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 ਆਹੋ ਉਹ ਹੁਣ ਜਦੋਂ ਭੂਆ ਜੀ ਜਿਹੜੀ ਬਾਬੀ ਬੀਬੀ ਬਾਲ ਕੌਰ ਜਿਹੜੀ ਸੀ ਉਹ ਪਾਕਿਸਤਾਨ 'ਚ ਉਹਨਾਂ ਦੇ ਬਿਲਕੁਲ ਨਾਲ ਹੀ ਰਹਿੰਦਾ ਆ ਹਰ ਵਕਤ ਉਹਨਾਂ ਦਾ ਲੜਕਾ ਸੀ ਨਾ ਆਪਣਾ ਉਹ ਬਿਕਰਮਜੀਤ ਸੀ ਉਹਦਾ ਨਾਂ ਤੁਸੀਂ ਉਹ ਤੁਹਾਨੂੰ ਸ਼ਾਇਦ ਭੁੱਲ ਗਏ ਸੋ ਬਿਕਰਮਜੀਤ ਸੀ ਉਹਦਾ ਦੋਹਰਾ ਜਿਹੜਾ ਉਹਨੇ ਕੋਲ ਰੱਖਿਆ ਸੀ ਅਤੇ ਕਦੀ ਬੀਬੀ ਨੇ ਚੁੱਕ ਲੈਣਾ ਕਦੀ ਮੁਹੰਮਦ ਮਾਲਕ ਨੇ ਚੁੱਕ ਲੈਣਾ ਅਤੇ ਹਰ ਵਕਤ ਉਹਨੇ ਬੀਬੀ ਦੇ ਨਾਲ ਹੀ ਰਹਿਣਾ ਜਦੋਂ ਜੇ ਉਹ ਛੱਪੜ ਕੰਡੇ ਜਿਹੜੀ ਪੈਲੀ ਸੀ ਜਦੋਂ ਉੱਥੇ ਉਹਨੇ ਖੇਤਾਂ ਨੂੰ ਜਾਣਾ ਅਤੇ ਨਾਲ ਹੀ ਲੈ ਕੇ ਜਾਣਾ ਹੈਂ ਸਕੂਲ ਦੇ ਨਾਲ ਜਿਹੜਾ ਛੱਪੜ ਸੀ ਨਾ ਹੈਂ ਅਤੇ ਉੱਥੇ ਅੱਗੇ ਉਹਨਾਂ ਦੀ ਪੈਲੀ ਸੀ ਅੱਧਾ ਮਰੱਬਾ ਸੀ ਮੇਰਾ ਖਿਆਲ ਸ਼ਾਇਦ ਉੱਥੇ ਹਾਂਜੀ ਅਤੇ ਉਹ ਮੁਹੰਮਦ ਮਾਲਕ ਜਿਹੜਾ ਸੀ ਉਹ ਨਾਲ ਹੀ ਹਰ ਵਕਤ ਬੀਬੀ ਦੇ ਨਾਲ ਹੀ ਰਹਿੰਦਾ ਸੀ ਜੀ ਹਾਂਜੀ ਨਹੀਂ ਜੀ ਮੈਂ ਹਰਭਨ ਸਿੰਘ ਹਾਂਜੀ 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 ਉਹ ਉਹਨਾਂ ਸਾਡੇ ਉਹ ਭਾਈ ਨੇ ਵੀ ਬੱਕਰੀਆਂ ਰੱਖੀਆਂ ਅਤੇ ਆਪੇ 'ਚ ਬੜਾ ਚਾਚਾ ਅਸੀਂ ਹਾਂ
ਉਹਨਾਂ ਵੀ ਰੱਖੀਆਂ ਉਹਨਾਂ ਰੱਖੀਆਂ ਬੜਾ ਤੇ ਚਾਚਾ ਕੰਮ ਨਹੀਂ ਅਸੀਂ ਬੱਕਰੀਆਂ ਚੋਰੀ ਜਿਹੜਾ ਦੁੱਧ ਵੀ ਪੀ ਲੈਂਦੇ ਹੁੰਦੇ ਸਾਂ ਚਾਚਾ ਕੰਮ ਦੀਆਂ ਬੱਕਰੀਆਂ ਦਾ ਚੋਰੀ ਦੁੱਧ ਪੀ ਲੈਣ ਆ ਜੀ ਹੈ ਯਾਦ ਹੀ ਕਿ ਨਹੀਂ ਹੁਣ ਹੋਰ ਮੈਨੂੰ ਇਹ ਦੱਸ ਵੀ ਜਿਹੜਾ ਚਾਚਾ ਬਰਕਤ ਹੈ ਉਹਦਾ ਉਹਨਾਂ ਨੂੰ ਉਹ ਹੈ ਨੇ ਹਾਂ ਜੀ ਬਹੁਤ ਦੇਰ ਹੋ ਗਈ ਮੇਰੇ ਨਾਲ ਹਾਂ ਜੀ 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 ਅੱਛਾ ਹਾਂ ਜੀ ਹਾਂ ਜੀ ਅੱਛਾ ਹਾਂ ਜੀ ਹਾਂ ਜੀ ਉਹੀ ਮੇਰੇ ਭਾਈ ਨੂੰ ਫੌਤ ਹੋਇਆ ਬੜੀ ਦੇਰ ਹੋ ਗਈ ਹੈ ਤੇ ਅਸੀਂ ਤਿੰਨ ਭਰਾ ਸਨ ਸਾਰਿਆਂ ਤੋਂ ਵੱਡਾ ਹਰਬੰਸ ਸਿੰਘ ਸੀ ਉਦੋਂ ਛੋਟਾ ਮੈਂ ਸੀ ਤੇ ਉਦੋਂ ਛੋਟਾ ਗੁਰਦੀਪ ਸਿੰਘ ਸੀ ਉਹ ਦੋਵੇਂ ਪੂਰੇ ਹੋ ਚੁੱਕੇ ਨੇ ਤੇ ਹੁਣ ਭੈਣਾਂ ਸਾਡੀਆਂ ਹਨ ਦੋ ਉਹਨਾਂ ਦੀ ਵੀ ਡੈਥ ਹੋ ਗਈ ਹੈ ਤੇ ਮੈਂ ਹੀ ਉਸ ਪੀੜ੍ਹੀ ਵਿੱਚੋਂ ਤਾਂ ਹੁਣ ਇਸ ਵੇਲੇ ਮੈਂ ਹੀ ਹਾਂ ਗਾ ਜੀ ਬਾਲ ਬੱਚੇ ਦਾ ਜੀ ਇਹ ਗੱਲ ਹੈਗੀ ਹੈ ਮੈਂ ਮੇਰੇ ਦੋ ਲੜਕੇ ਨੇ ਤੇ ਵੱਡੇ ਦਾ ਨਾਂ ਹੈਗਾ ਜਤਿੰਦਰ ਸਿੰਘ ਤੇ ਛੋਟੇ ਦਾ ਨਾਂ ਹੈਗਾ ਕਮਲਜੀਤ ਸਿੰਘ ਹਾਂਜੀ ਦੋ ਹੀ ਲੜਕੇ ਨੇ ਮੇਰੇ ਹਾਂਜੀ ਤੇ ਲੜਕੀ ਮੇਰੀ ਕੋਨੀ ਸੀ ਹੈਗੀ ਤੇ ਦੋਵੇਂ ਵਿਆਹੇ ਨੇ ਬਾਲ ਬੱਚੇ ਵਾਲੇ ਨੇ ਜਿਹੜਾ ਵੱਡਾ ਲੜਕਾ ਉਹਦੀਆਂ ਦੋ ਲੜਕੀਆਂ ਸਨ ਤੇ ਲੜਕੀਆਂ ਨੇ ਤੇ ਇੱਕ ਲੜਕਾ ਹੈ ਲੜਕੀਆਂ ਦੇ ਦੋਵੇਂ ਵਿਆਹੀਆਂ ਗਈਆਂ ਨੇ ਇੱਕ ਨਿਊਜ਼ੀਲੈਂਡ 'ਚ ਹੈ ਅਤੇ ਇੱਕ ਇੱਥੇ ਹੀ ਆ ਵਿਆਹੀ ਟਾਂਡੇ ਲਾਗੇ ਅਤੇ ਜਿਹੜਾ ਛੋਟਾ ਹੈਗਾ ਕਮਲਜੀਤ ਸਿੰਘ ਉਹਦਾ ਲੜਕਾ ਜਿਹੜਾ ਹੈਗਾ ਉਹ ਨਿਊਜ਼ੀਲੈਂਡ 'ਚ ਹੈ ਅਤੇ ਲੜਕੀ ਜਿਹੜੀ ਉਹਦੀ ਉਹਨੇ ਡਬਲ MA ਕੀਤੀ MA ਕੀਤੀ ਇੰਗਲਿਸ਼ ਦੀ ਅਤੇ ਉਹ ਪ੍ਰੋਫੈਸਰ ਲੱਗੀ ਹੈ ਸਾਡੇ ਜਿਹੜਾ ਹਾਂਜੀ ਵੱਡੇ ਦਾ ਲੜਕਾ ਜਿਹੜਾ ਹੈਗਾ ਉਹ ਦੁਬਈ ਹੈ ਉਹ ਟਰੈਲਾ ਚਲਾਉਂਦਾ ਹੈਗਾ ਅਤੇ ਅਸੀਂ ਹੁਣ ਆਏ ਤੇ ਇਹੋ ਹੀ ਉਹ ਵੱਡੇ ਦੇ ਦੋ ਬੱਚੇ ਨੇ ਤੇ ਛੋਟੇ ਦੇ ਅਸੀਂ ਦੋ ਤਿੰਨ ਤਿੰਨ ਜੀ ਘਰ ਆਏ ਹੋਰ ਸਾਰੇ ਬਾਹਰ ਹੀ ਨੇ ਹੋਰ ਮੈਨੂੰ ਇੱਕ ਗੱਲ ਹੋਰ ਦੱਸੋ ਜਿਹੜਾ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੀ ਨਵਾਬ ਉਹਨੂੰ ਕੱਬ ਕੱਢ ਕੇ ਕਹਿੰਦੇ ਸੀ ਹਾਂਜੀ ਉਹ ਉਹਨਾਂ ਦੇ ਪਰਿਵਾਰ ਦਾ ਹਾਂਜੀ ਉਹਨਾਂ ਦੇ ਪਰਿਵਾਰ ਚ ਕੋਈ ਹੋਏਗਾ ਜੀ ਹਾਂਜੀ 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 ਅੱਛਾ ਅੱਛਾ ਹਾਂਜੀ ਅੱਛਾ ਅੱਛਾ ਤੇ ਇੱਕ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਬੜਾ ਚਿਰ ਮੈਨੂੰ ਯਾਦ ਹੋ ਗਿਆ ਜਿਹੜੀ ਤੁਹਾਡੀ ਗਲੀ ਜਾ ਚੌਂਕ ਵੱਲ ਨੂੰ ਜਾਈਦਾ ਸੀ ਤੁਹਾਡੇ ਘਰ ਤੋਂ ਜਦੋਂ ਵੱਡੇ ਚੌਂਕ ਵੱਲ ਨੂੰ ਜਾਈਦਾ ਸੀ ਤੇ ਉਹ ਅਖੀਰ ਤੇ ਇੱਕ ਘਰ ਸੀ ਉਹ ਆਉਂਦੇ ਹੁੰਦੇ ਹਨ ਉਹ ਮੁੰਡਾ ਸੀ ਇੱਕ ਆਪਣੇ ਨਾਲ ਹੀ ਉਹ ਛੋਟਾ ਜਿਹਾ ਨਾਂ ਉਹਦਾ ਮੈਨੂੰ ਭੁੱਲ ਗਿਆ ਉਹ ਆਉਂਦੇ ਹਨ ਅਸੀਂ ਬਹਾਵਲਪੁਰ ਤੁਰ ਜਾਣਾ ਉਹ ਇੱਥੇ ਹੀ ਸਨ ਕਿ ਤੁਰ ਗਏ ਹਨ ਬਹਾਵਲਪੁਰ ਹਾਂ 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 ਯਾਦ ਆ ਗਿਆ ਠੀਕ ਹੈ ਹਾਂਜੀ ਹਾਂ ਖਾਨ ਮੁਹੰਮਦ ਦਾ ਠੀਕ ਹੈ ਖਾਨ ਆਹ ਲਾਗੇ ਰਾਗੂ ਹੁੰਦਾ ਸੀ ਆਪਣਾ ਬੇਲੀ ਉਹ ਜਿਹਦੇ ਕੋਲ ਘੜੀ ਘੁੜੀ ਹੁੰਦੀ ਸੀ ਤੇ ਪਾਣੀ ਉਹ ਆਪਣਾ ਠੇਕ ਨਾਲ ਅੰਬਲੇ ਠੇਕਦਾ ਹੁੰਦਾ ਸੀ ਹੈਂ ਤੇ ਨਾਲ ਉਹ ਪਾਣੀ ਦੇ ਜਿਹੜਾ ਵਾਰੀਆਂ ਦਿੰਦਾ ਹੁੰਦਾ ਸੀ ਹਾਂਜੀ ਤੇ ਹੋਰ ਉਹ ਆਪਣੇ ਸੀ ਮਾਸਟਰ ਮੁਹੰਮਦ ਆਲਮ ਮਰਾਠੀ ਜਿਹੜੇ ਹੁੰਦੇ ਸਨ ਜਿਹੜਾ ਮਾਸਟਰ ਸੀ ਖੂੰਡੀ ਲਾ ਕੇ ਪੈਰ ਨੂੰ ਜਿਹੜਾ ਉਹਦਾ ਖਰਾਬ ਸੀ ਉਹਨਾਂ ਦੇ ਪਰਿਵਾਰ ਦਾ ਦੱਸ ਮੈਨੂੰ
ਉਹਦੇ ਪਰਿਵਾਰ ਜਿਹੜੇ ਨੇ ਦੋ ਲੜਕੇ ਸਨ ਹਾਂਜੀ ਉਹ ਬਾਬਾ ਪੜ 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 ਲਿਖ ਕੇ ਨਾ ਇੱਕ ਤੇ ਜਾ ਕੇ ਨਾ ਕੋਠੇ ਉੱਥੇ ਫੌਤ ਹੋ ਗਿਆ ਜੋ ਬਾਬਾ ਉੱਥੇ ਲੱਗਾ ਸੀ ਅਫਸਰ ਹਾਂਜੀ ਹਾਂਜੀ ਛੋਟਾ ਲੜਕਾ ਉਹਦਾ ਛੋਟਾ ਉਹਦਾ ਲੜਕਾ ਸੀ ਆਲਮਗੀਰ ਉਹਦਾ ਨਾਮ ਸੀ ਉਹ ਵੀ ਬਾਬਾ ਨੌਕਰੀ ਤੇ ਲੱਗਾ ਸੀ ਤੇ ਉਹ ਫੈਸਲਾਬਾਦ ਹੁੰਦਾ ਪਿੰਡੋਂ ਤੁਰ ਗਿਆ ਅੱਛਾ ਤੁਰ ਗਿਆ ਤੇ ਦੂਜਾ ਮਾਸਟਰ ਮਾਸੀ ਸ਼ਰੀਫ ਸ਼ਾਹ ਹਾਂਜੀ ਹਾਂਜੀ ਸ਼ਰੀਫ ਸ਼ਾਹ ਦਾ ਲੜਕਾ ਜਿਹੜਾ ਫੌਤ ਹੋ ਗਿਆ ਪੋਤਰਾ ਉਹਦਾ ਹੁੰਦਾ ਜੋ ਪਿੰਡ ਦੇ ਵਿੱਚ ਅੱਛਾ ਅੱਛਾ ਹਾਂ ਹੋਰ ਸਾਡਾ ਸਾਡਾ ਨਾਲੇ ਮਾਸਟਰ ਸੀ ਨਾਲੇ ਸਾਡਾ ਮਰਾਸੀ ਸੀ ਉਹ ਤੇ ਉਹ ਪੰਡ ਪੁੰਡ ਨੂੰ ਅਸੀਂ ਏਦਾਂ ਨਹੀਂ ਜਾਣਾ ਹੈ ਤੇ ਉਹਨੇ ਪਹਿਲੀ ਆ ਜਾਣਾ ਕਰਨਾ ਪਹਿਲੀ ਘਰ ਆ ਜਾਣਾ ਕਰਨਾ ਤੁਹਾਡਾ ਮੁੰਡਾ ਪਾਸ ਹੈ ਦੇ ਦਿਓ ਸਾਨੂੰ ਵਧਾਈਆਂ ਦੇ ਦਿਓ ਹੈ ਹੈ ਠੀਕ ਹੈ ਆਹੋ ਉਹਨੇ ਉਹ ਨਾਲੇ ਸਾਡਾ ਮਰਾਸੀ ਸੀ ਤੇ ਨਾਲੇ ਸਾਡਾ ਮਾਸਟਰ ਸੀ ਉਹਨੇ ਪਹਿਲੀ ਆ ਜਾਣਾ ਪੰਡ ਪੁੰਡ ਦੇ 6000 ਹੀ ਦਾ ਹੈ ਤੇ ਉਹਨੇ ਆ ਜਾਣਾ ਕਰਨਾ ਉਹਨੇ ਆਖਣਾ ਕਰਨਾ ਤੁਹਾਡੇ ਮੁੰਡੇ ਦੀ ਵਧਾਈ ਦੇ ਦਿਓ ਪਾਸ ਹੋ ਗਿਆ ਹੈ ਤੇ ਹਾਂ ਹੋਰ ਤੇ ਆਪਣਾ ਇੱਕ ਹੁੰਦਾ ਸੀ ਆਪਣਾ ਕਸ਼ਮੀਰੀ ਹੁੰਦਾ ਸੀ ਉਹਦਾ ਨਾਂ ਕੀ ਸੀ ਆਪਣਾ ਸਦੀਕਾ ਕਸ਼ਮੀਰੀ ਉਹ ਡਾਰੇ ਦੇ ਸਾਹਮਣੇ ਹੁੰਦਾ ਸੀ ਡਾਰੇ ਦੇ ਸਾਹਮਣੇ ਹੀ ਉਹਨਾਂ ਦਾ ਘਰ ਹਾਂ ਉਹਨਾਂ ਦੇ ਟੱਬਰ ਉਹ ਹੈਗਾ ਕਿ ਉਹ ਆਇਆ ਇੱਧਰ ਭਾਰਤ ਆਇਆ ਸੀ ਸਾਡੇ ਇੱਧਰ ਉਹ ਭਾਰਤ ਦੋ ਤਿੰਨ ਵਾਰੀ ਆਇਆ ਹੈ ਇੱਧਰ ਕਪੂਰ ਸਿੰਘ ਦਾ ਕੋਲ ਆਉਂਦਾ ਰਿਹਾ ਭਾਰਤ ਉਹ ਇੱਥੇ ਤੇ ਫਿਰ ਆਣ ਕੇ ਸਾਨੂੰ ਵੀ ਮਿਲ ਕੇ ਜਾਂਦਾ ਰਿਹਾ ਭਾਈ ਜਿਹੜਾ ਨੇ ਉਹਨੂੰ ਪਕੜੀ ਦਿੱਤੀ ਫਿਰ ਹੈ ਉਹਨੂੰ ਪਕੜੀ ਜਿਹੜੀ ਸੀ ਨਾ ਹਾਂਜੀ ਤੇ ਉਹ ਉਹ ਉਹਨਾਂ ਦੇ ਟੱਬਰ ਦਾ ਕੀ ਹਾਲ ਹੈ ਆਹੋ ਵਾਰਾ ਹੀ ਟਾਈਪ ਸੀ ਆਹੋ ਵਾਰਾ ਟਾਈਪ ਹੀ ਹੈਗਾ ਜੀ ਤੇ ਇੱਕ ਆਪਣੇ ਹੁੰਦਾ ਸੀ ਸ਼ਾਹ ਜਿਹੜਾ ਸਕੂਲੇ ਹੁੰਦਾ ਸੀ ਇੱਕ ਸ਼ਾਹ ਹੁੰਦਾ ਸੀ ਆਪਣਾ ਜਿਹੜਾ ਪੜ੍ਹਾਉਂਦਾ ਹੁੰਦਾ ਸੀ ਦੋ ਹੀ ਮਾਸਟਰ ਸਨ ਇੱਕ ਮੁਹੰਮਦ ਮਾਲਕ ਮਰਾਸੀ ਸੀ ਤੇ ਇੱਕ ਉਹ ਸੀ ਉਹ ਆਪਣੇ ਪਿੰਡ ਦਾ ਹੀ ਸੀ ਰਹਿਣ ਵਾਲਾ ਬੜਾ ਹਾਂਜੀ 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 ਬੜਾ ਭਲਾ ਮਰਦ ਬੰਦਾ ਸੀ ਹਾਂਜੀ 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 ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਵੀ ਜਾਂਦਾ ਹੁੰਦਾ ਸੀ ਉਹਨੂੰ ਧਰਮ ਦਾ ਸਾਰੇ ਧਰਮਾਂ ਨਾਲ ਪਿਆਰ ਸੀ ਉਹਨੂੰ ਬੜਾ ਬੀਬਾ ਬੰਦਾ ਸੀ ਹੈਗਾ ਜੀ ਉਹ ਹਾਂਜੀ ਤੇ ਆਪਣੇ ਹੀ ਉਹ ਜਿਹੜੀ ਵੱਡੀ ਮਸੀਤ ਸੀ ਉਹਦਾ ਇੱਕ ਹੁੰਦਾ ਸੀ ਮੌਲਵੀ ਉਹਦੇ ਬੱਚੇ ਬੜੇ ਲੈਕ ਸਨ ਇੱਕ ਕੋਈ ਸਟੇਸ਼ਨ 'ਤੇ ਲੱਗਾ ਸੀ ਇੱਕ ਹਵਾਈ ਜਹਾਜ਼ਾਂ 'ਚ ਇੱਕ ਕਿਤੇ ਹੋਰ ਤਿੰਨ ਬੱਚੇ ਹਨ ਉਹਦੇ ਉਹਨਾਂ ਦੇ ਪਰਿਵਾਰ ਦਾ ਸੁਣਾਓ ਹਾਂਜੀ 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 ਮਸਜਿਦ ਦੇ ਸਾਹਮਣੇ ਗੁੰਨੇ ਵਾਲਿਆਂ ਦੀ ਹੁੰਦੀ ਸੀ ਨਾ ਚੱਕੀ ਗੁੰਨੇ ਵਾਲੇ ਲੁਹਾਰ ਜਿਹੜੇ ਸਨ ਉਹਨਾਂ ਦੀ ਚੱਕੀ ਹੁੰਦੀ ਸੀ ਤੇ ਉੱਥੇ ਲੋਕਾਂ ਨੇ ਆਟਾ ਭਿਉਣਾ ਖੋਟੀ ਦੇ ਅਸੀਂ ਖੋਟੀਆਂ ਖੋਲ ਛੱਡੀਆਂ ਦਾਰੇ ਜਾ ਕੇ ਮੁੰਡੇ ਲਈ ਦੇ ਅੱਛਾ ਉਹ ਇੱਕ ਹੋਰ ਮੈਨੂੰ ਉਹਨੂੰ ਨਹੀਂ ਉਹ ਵੀ ਇੱਕ ਗੱਲ ਜਦੋਂ ਸਾਡਾ ਢੱਕਾ ਖੁੱਲ ਗਿਆ ਸੀ ਪਾਕਿਸਤਾਨ 'ਚ ਬੋਲਟ ਚੋਰੀ ਹੋ ਗਿਆ ਸੀ ਤੇ ਫਿਰ ਤੁਹਾਡੇ
ਲਾਗੇ ਤੁਹਾਡਾ ਟੋਕਾ ਪੁੱਟਣ ਆ ਗਏ ਚੋਰ ਤੇ ਫਿਰ ਖੜਾਕ ਸੁਣਿਆ ਤੇ ਬੰਦਿਆਂ ਨੇ ਸਾਡਿਆਂ ਬੰਦਿਆਂ ਰੌਲਾ ਪਾਇਆ ਫਿਰ ਭੱਜ ਗਏ ਉਹ ਗੱਲਾਂ ਨਲਕਾ ਉੱਚਾ ਬੜਾ ਹੁੰਦਾ ਸੀ ਤੁਹਾਡਾ ਘਰ ਉਹ ਡੇਰੇ ਜਿਹੜਾ ਸੀ ਨਾ ਨਲਕਾ ਮੈਂ ਪਾਣੀ ਲੈਣ ਜਾਂਦਾ ਹੁੰਦਾ ਹਾਂ ਉੱਥੇ ਹਾਂ ਨਲਕਾ ਉੱਚਾ ਸੀ ਤੇ ਮੈਂ ਉਹਨੂੰ ਘੇੜ ਕੇ ਤੇ ਫਿਰ ਪਾਣੀ ਲਿਆਉਣਾ ਕਰਨਾ ਸਾਡੇ ਨਾਲ ਹੀ ਤਾਂ ਹੈਗਾ ਸੀ ਉਹ ਹਾਂਜੀ ਹਾਂਜੀ ਅੱਛਾ ਨੰਬਰ ਹੈਗਾ ਮੇਰਾ ਟੈਲੀਫੋਨ ਦਾ ਨੰਬਰ ਇੱਥੇ ਨੋਟ ਕਰ ਲਓ ਤੁਸੀਂ ਚਲੋ ਮੈਸੇਜ ਕਰ ਦੇਵਾਂਗੇ ਹਾਂਜੀ ਤੇ ਹੋਰ ਅੱਛਾ ਤੇ ਉਹ ਸਾਡੇ ਨਾਲ ਜਿਹੜੀ ਜ਼ਮੀਨ ਤੁਹਾਡੇ ਨਾਲ ਸੀ ਸਾਡੀ ਉਹ ਕਿੱਥੋਂ ਦੇ ਲੋਕੀ ਨੇ ਜਿਹਨਾਂ ਕੋਲ ਹੈ ਸਾਡੀ ਜ਼ਮੀਨ ਹੋਣਾ ਅੱਛਾ ਚੁਰਾਨਵੇਂ 98 558 ਹਾਂਜੀ 98 558 ਫੀਡ ਕਰ ਲਈਏ ਮਿਲ ਗਿਆ ਨੰਬਰ ਹੈਗਾ ਤੁਹਾਡਾ ਅੱਛਾ ਹੋਰ ਕੋਈ ਸਮਾਚਾਰ ਦੱਸੋ ਤੁਸੀਂ ਮੈਨੂੰ ਹੈਂ ਬਸ ਅਸੀਂ ਦੋਸਤ ਸਾਂ ਭਰਾ ਸਾਂ ਰੱਬ ਨੇ 70-75 ਸਾਲ ਕਿਵੇਂ ਮਨਾਇਆ ਹਾਂ ਹਾਂਜੀ ਹਾਂਜੀ ਮੈਂ ਤਾਂ ਦੇਖੋ ਮੈਨੂੰ ਸਲੀਮ ਜੀ ਮੈਨੂੰ ਜਦੋਂ ਉਹ ਵਕਤ ਨਹੀਂ ਭੁੱਲਦਾ ਜਦੋਂ ਪਹਿਲਾਂ ਅਸੀਂ ਉੱਥੇ ਪਾਕਿਸਤਾਨ ਦੇ ਵਿੱਚ ਬੈਠੇ ਰਹੇ ਹਾਂ ਸਾਨੂੰ ਕੋਈ ਛੇੜ ਛੜਿਆ ਨਹੀਂ ਸੀ ਹੈਗਾ ਕੋਈ ਵੀ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੈਗੀ ਪਿੰਡ ਦੇ ਵਿੱਚ ਲੋਕ ਹਾਂ ਪਹਿਰਾ ਦਿੰਦੇ ਰਲ ਕੇ ਮੁਸਲਮਾਨ ਅਤੇ ਸਿੱਖ ਚੌਂਕਾਂ 'ਚ ਅਸੀਂ ਪਹਿਰਾ ਦਿੰਦੇ ਸਨ ਸਾਡੇ ਹੈਂ ਇੱਕ ਉਜਾਗਰ ਸਿੰਘ ਇੱਕ ਫੂਲਾ ਸਿੰਘ ਦਾ ਭਰਾ ਉਜਾਗਰ ਸਿੰਘ ਹੁੰਦਾ ਸੀ ਉਹ ਵੀ ਉਹ ਸਾਰੇ ਪਿੰਡ ਦੇ ਵਿੱਚ ਵੀ ਉਹ ਵੀ ਬੜਾ ਪੈਰੇ ਵਿੱਚ ਵਿਚਾਰਾ ਇੰਟਰਸਟ ਲੈਂਦਾ ਸੀ ਬੜਾ ਉਦੋਂ ਹਾਂਜੀ ਹਾਂ ਤੇ ਜਦੋਂ ਉਹਨੂੰ ਪਲੇਅਰ ਨੂੰ ਫਿਰ ਜਦੋਂ ਪਲੇਅਰ ਉੱਜੜਿਆ ਉਦੋਂ ਫਿਰ ਸਾਡੇ ਬੰਦਿਆਂ ਨੂੰ ਮਹਿਸੂਸ ਹੋਇਆ ਕਿ ਅਸੀਂ ਸਾਡੇ ਕੋਲ ਹੁਣ ਇੱਥੇ ਰਿਹਾ ਨਹੀਂ ਜਾਣਾ ਹੈਗਾ ਹਾਂ ਫਿਰ ਸਾਰੇ ਪਿੰਡ ਨੇ ਸਲਾਹ ਕੀਤੀ ਕਹਿਣ ਲੱਗੇ ਵੀ ਤੁਸੀਂ ਉਹ ਹੈਗਾ ਨਾ ਗੁਰਮਤ ਸਿੰਘ ਹੋਰਾਂ ਦਾ ਘਰ ਚੌਂਕ 'ਚ ਆਹੋ ਉਹ ਕਹਿਣ ਲੱਗੇ ਉੱਥੇ ਇਕੱਠੇ ਹੋ ਜਾਓ ਅੱਜ ਇਕੱਠੇ ਹੋ ਕੇ ਮਤਲਬ ਇਹ ਸੀ ਰਾਤ ਨੂੰ ਨਿਕਲਣਾ ਸੀ ਹੈਂ ਫਿਰ ਸਾਡੇ ਭਰਾ ਉਹ ਸਲਾਮਾਂ ਸਾਡੇ ਭਰਾਵਾਂ ਨੂੰ ਆ ਬਹੁਤ ਬਹੁਤ ਸਲਾਮਾਂ ਪੰਚਾਇਤ ਤੁਹਾਡੀ ਸਾਰੇ ਭਰਾ ਤੁਸੀਂ ਆਏ ਉਹ ਇੰਝ ਨਾ ਕਰੋ ਤੁਸੀਂ ਸਰਦਾਰੋ ਨਾ ਇੰਝ ਕਰੋ ਉੱਜੜ ਜਾਓਗੇ ਤੁਸੀਂ ਰਾਤ ਨਿਖੜ ਜਾਓਗੇ ਤੁਸੀਂ ਤੁਹਾਨੂੰ ਅਸੀਂ ਸਵੇਰੇ ਜਾ ਕੇ ਆਣ ਕੇ ਤੇ ਛੱਡ ਕੇ ਜਾਵਾਂਗੇ ਹੈਂ ਫਿਰ ਤੁਹਾਡੇ ਕਹੇ ਤੇ ਪੰਚਾਇਤ ਤੁਹਾਡੀ ਆਈ ਫਿਰ ਅਸੀਂ ਰਾਤ ਨਹੀਂ ਨਿਕਲੇ ਸਵੇਰੇ ਗੱਡੇ ਜੁੱਤੇ ਕੁਝ ਸਾਡੇ ਗੱਡੇ ਸੀ ਕੁਝ ਤੁਹਾਡੇ ਗੱਡੇ ਸੀ ਤੇ ਮੈਨੂੰ ਪੱਕ ਪਤਾ 18-20 ਬੰਦੇ ਅੱਗੇ ਬਰਛੀਆਂ ਕੁਹਾੜੀਆਂ ਲੈ ਕੇ ਹਾਂਜੀ ਸਾਡੇ ਚੀਮੇ ਭਰਾ ਮੁਸਲਮਾਨ ਜਿਹੜੇ ਸੀ ਉਹ ਸਾਨੂੰ ਉਹਨਾਂ ਗਾਈਡ ਕੀਤਾ ਹੈਂ ਗਾਈਡ ਕੀਤਾ ਸਾਡੇ ਉਹ ਘਟਤਲ ਜਦੋਂ ਅਸੀਂ ਗਏ ਨਾ ਘਟਤਲ ਉਹਨੂੰ ਥੋੜ੍ਹੇ ਜਿਹੇ ਬੰਦੇ ਉਸਰੇ ਸਨ ਮਾੜੇ ਜਿਹੇ ਹੈ ਤੇ ਫਿਰ ਬੰਦੇ ਤੁਹਾਡੇ ਅੱਗੇ ਲੱਗ ਕੇ ਕਹਿਣ ਲੱਗੇ ਪਹਿਲੂ ਸਾਨੂੰ ਮਾਰੋ ਫਿਰ ਇਹਨਾਂ ਨੂੰ ਮਾਰਿਓ ਜੀ ਹੈ ਉਹ ਫਿਰ ਬੰਦੇ ਬਹਿ ਗਏ ਪਛਾਣ ਨੂੰ ਆ ਫਿਰ ਸਾਨੂੰ ਝੁੰਬੜਾ ਸਾਡਾ ਥਾਣਾ ਸੀ ਝੁੰਬੜੇ ਛੱਡ ਕੇ ਗਏ ਝੁੰਬੜਾ ਫਿਰ ਉਦੋਂ ਖਾਲੀ ਲੋਕਾਂ ਮਕਾਨ ਖਾਲੀ ਹੋਏ ਸਨ ਉਦੋਂ ਖਾਲੀ ਹੋਏ ਸਨ ਅਸੀਂ ਉਹਨਾਂ ਦੇ ਵਿੱਚ ਜਾ ਵੜੇ ਤੇ ਫਿਰ ਉਹ ਗੱਡੀ ਦੀ ਉਡੀਕ ਉਡੂਕ ਕਰਨ ਲੱਗ ਪਏ
फिर इदा हो गी जी सी जी गी आना सी वो गी जी सी ना वो बंदे जड़े ने कि पिंड चले गए बिचों रात आए नहीं जिस आए नहीं तो वो गी असी मिस कर दी थी वो गी फिर छिदरे वी गई। हाँ गड्डी आई अगले दिन आए सारे रौला पै गया भी सौ वाली बड़े गए सौ वाली बड़े गए पर जिते परमात्मा ने जड़ी जड़ी जिंदगी बख्शी सी कोट कोट धन्यवाद तुहाडा भी कोट कोट धन्यवाद भाई तुसी मर्दा वाली साढ़े उधर पाकिस्तान च ही एक दूजे नूं सुखियां रस्ता देंदे हुंदे सां व्याहां से जाना जंगां से जाना एक दूजे च हैं किन्ना प्यार सी ते किन्ना सत्कार सी कित्थे टुर गई दुनिया हुण पता नहीं लगता वो जमाना कितने जुड़ गया सलीम है बड़ा याद आता बड़ा प्यार है बड़ा तेरा शुक्र है तू वीडियो बनाई तो मेरे तिकर अपनी तो मैं अगर संपर्क किया तो मेरे भरा की जप्पी पा के घुट के मिल लेने भरा होर हाँ हाँ प्रोट का करना के बिलकुल बिलकुल ठीक गल की साडा खून ही एक है मट कहते मट को मट कहते मेरा ख्याल मट कहते मैं नहीं सियालकोट वाला सौ वाला मैं तो देखा नहीं है पहले उन्होंने मट कहते अभी मुसलमान भी उठे भरा साढ़े जाते अभी भी जाते सा साझा स्थान से सारे का। हाँ जी हाँ जी गुजर गए ने हाँ जी वह गुजर गए ने मेरी भरजाई जी तुम दसो अच्छा 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 चलो शुक्र है शुक्र है वड्डी सियालकोट वाली है के लैलपुर वाली है अच्छा अच्छा हाँ जी अच्छा ठीक है अच्छा और सब ठीक है परिवार सारा ठीक है अन्न पानी दी महाराज सच्चे बादशाह दी कृपा है अल्लाह दी कृपा है सब कुछ जिदा उठे पाकिस्तान च जिदा सी ना ओदा हो गए हुण हाँ जी हाँ सारे हालात जिहड़े ने ठीक ने कोई गल नहीं इहो जी हैगी फिकर वाली बच्चे भी अपने अपने कारोबारां दे ठीक ने किसी गल का कोई चिंता नहीं हैगी कोई फिक्र नहीं हैगी है मैं तो हूँ तू
तू मेरे नो बुला, तू मेरे नो 2 साल बड़ा है, तू 87 साल का है, मैं 85 का। हां बिल्कुल ठीक है। ਤੁਹਾਡਾ ਕਲਵੰਤ ਜਿਹੜਾ ਸੀ ਨਾ ਬਲਾਕਾ ਸੀ ਨਾ ਕਲਵੰਤ, ਉਹ ਤੁਹਾਡਾ ਹਾਣੀ ਹੀ ਦੇ ਮੇਰੇ ਨਾਲ, ਉਹ ਵੀ 2 ਸਾਲ ਵੱਡਾ ਸੀ, ਉਹ ਵੀ ਸਾਡੀ ਹੈਗਾ, ਉਹਦੀ ਉਦਾਂ ਹੈਗਾ ਬੈੱਡ ਤੇ ਹੀ ਹੈ, ਉਹ ਲਾਗਲੇ ਪਿੰਡ ਆ ਸਾਡੇ, ਸਾਡੇ ਪਿੰਡ ਨਹੀਂ ਹੈਗਾ, ਲਾਗਲੇ ਪਿੰਡ ਹੈਗਾ। ਆਹੋ ਕੱਟਾ ਹੀ ਆਉਂਦੇ ਹੁੰਦੇ ਆਗੇ, ਹੁਣ ਉਹਨੂੰ ਕੱਟੇ ਸਲੀ ਸੀਮੇ ਅਮਰੀਕਾ ਇਹੋ ਕੁਝ ਚੱਲਦਾ ਹੁੰਦਾ ਸੀਗੇ। ਬਲਵੰਤ ਸਿੰਘ ਦਾ ਮੁੰਡਾ ਸੀ ਨਾ, ਇੱਕ ਬਖਸ਼ੀਰ ਸਿੰਘ ਤੇ ਬਲਵੰਤ ਸਿੰਘ, ਦੋ ਭਰਾ ਸਨ ਨਾ। ਹਾਂਜੀ, ਉਹ ਜਿਹੜਾ ਉਹ ਜਿਹੜੀ ਮੈਂ ਉਹ ਤੁਹਾਡੀ ਵੀਡੀਓ ਵੇਖੀ ਆ, ਉਹ ਕੁੜੀ ਜਿਹੜੀ ਸੀ ਨਾ, ਉਹ ਬਲਵੰਤ ਸਿੰਘ ਦੀ ਜਿਹੜਾ ਨਾ, ਬਲਵੰਤ ਸਿੰਘ ਦਾ ਪਹਿਲੂ ਵਿਆਹ ਹੋਇਆ ਸੀ, ਤੇ ਉਹਦੇ 2 ਲੜਕੇ ਇੰਦਰ ਸਿੰਘ ਤੇ ਬਲਬੀਰ ਸਿੰਘ ਦੇ, 2 ਭੈਣਾਂ ਕੁੜੀਆਂ ਹਨ ਉਹਦੀਆਂ। ਉਹ ਫਿਰ ਉਹਦੀ ਘਰ ਦੀ ਮੌਤ ਹੋ ਗਈ, ਫਿਰ ਉਹ ਬਖਸ਼ੀਰ ਸਿੰਘ ਨੇ ਆਪਣੀ ਸਾਲੀ ਦਾ ਰਿਸ਼ਤਾ ਕਰਾਇਆ, ਫਿਰ ਉਹ ਹਰੀ ਸਿੰਘ ਤੇ ਹਰਬਾਨਾ ਸਿੰਘ ਤੇ ਕੁਲਬੀਰ ਸਿੰਘ, 3 ਬੱਚੇ ਉਹਦੇ ਵਿੱਚੋਂ ਫਿਰ ਪੈਦਾ ਹੋਏ। ਇਹ ਜਿਹੜੀ ਕੁੜੀ ਹੈ ਨਾ, ਇਹ ਹਰੀ ਸਿੰਘ ਦੀ ਲੜਕੀ ਸੀ, ਹੈਂ, ਇਹਦਾ ਤੇ ਹਰੀ ਸਿੰਘ ਦਾ ਵਿਆਹ ਇੱਥੇ ਆਣ ਕੇ ਹੋਇਆ। ਆਹੋ ਨਿਊਜ਼ੀਲੈਂਡ 'ਚ ਹੁੰਦੇ ਨਾ। ਹਾਂਜੀ ਹਾਂਜੀ, ਹਾਂਜੀ ਹਾਂਜੀ, ਉਹ ਫਿਰ ਉਹ ਜਿਹੜਾ ਸੀ ਨਾ, ਇਹ ਨਾਲ ਸਾਈਆਂ ਵਾਲਾ ਪਿੰਡ ਸੀ, ਸਾਈਆਂ ਵਾਲਾ, ਸਾਈਆਂ ਵਾਲਾ ਪਿੰਡ, ਉਹ ਲਾਗੇ ਸਾਡੇ ਪੰਡੋਰੀ ਬੈਠੇ ਨੇ, ਹਾਂ, ਉਹ ਸਰਦਾਰ ਜੈਮਲ ਸਿੰਘ ਹਰੀ ਹੁੰਦੇ ਸਨ, ਸ਼ਾਇਦ ਖੁਰੇ ਤੁਸੀਂ ਜਾਣਦੇ ਹੋ ਕਿ ਨਹੀਂ ਜਾਣਦੇ, ਉਹ ਜੈਮਲ ਸਿੰਘ ਦੀ ਜਿਹੜੀ ਇਹਨਾਂ ਦੋਹਤਰੀ ਸੀ। ਹਾਂ, ਤੇ ਉਹ ਮੈਂ ਤੁਹਾਡੀ ਵੀਡੀਓ ਵੇਖੀ ਹੈ, ਤੁਹਾਡੀ ਉਹਦੀ ਵੀ ਇੰਟਰਵਿਊ ਮੈਂ ਵੇਖੀ ਸੀ ਸਾਰੀ, ਅਤੇ ਹਾਂਜੀ ਹਾਂਜੀ, ਹੋਰ ਕੋਈ ਗੱਲਬਾਤ? ਹਾਂ, ਸਾਰੇ ਪਰਿਵਾਰ ਨੂੰ, ਸਾਰੇ ਪਰਿਵਾਰ ਨੂੰ ਮੇਰੀ ਸਲਾਮ ਦੁਆ ਕਰ ਦਿਓ। ਇਹ ਮੇਰੇ ਛੋਟੇ ਲੜਕੇ ਦਾ ਹੈ। ਹਾਂਜੀ, ਹਾਂਜੀ, ਅੱਛਾ ਅੱਛਾ, ਹਾਂਜੀ, ਹਾਂਜੀ, ਉਹ ਜੀ ਏਦਾਂ ਸੀ ਵੀ ਮੇਰਾ ਇੱਕ ਪੋਤਰਾ ਜਿਹੜਾ ਨਾ, ਛੋਟੇ ਲੜਕੇ ਦਾ ਨਿਊਜ਼ੀਲੈਂਡ ਹੈ, ਉਹਨੇ ਫਿਰ ਤੁਹਾਡੇ ਵਾਲਾ ਜਿਹੜਾ ਲਵਲੀ ਹੈ ਉਹਨੂੰ ਮੈਸੇਜ ਕੀਤਾ ਵੀ ਮੈਂ ਉਹਦਾ ਅਮਰੀਕ ਸਿੰਘ ਦਾ ਪੋਤਰਾ ਵਾਂ, ਤੇ ਤੁਸੀਂ ਲਵਲੀ ਜੀ ਸਾਡੀ ਮੈਂ ਉਹਦਾ ਪੋਤਰਾ ਵਾਂ, ਤੇ ਮੇਰੇ ਦਾਦਾ ਜੀ ਦੀ ਗੱਲ ਸਲੀਮ ਨਾਲ ਜ਼ਰੂਰ ਕਰਾਓ। ਹਾਂ, ਫਿਰ ਉਹ, ਹਾਂਜੀ, ਫਿਰ ਉਹਨੇ ਨੰਬਰ ਵੀ ਕਿਤੋਂ ਲੱਭ ਲਿਆ ਲਵਲੀ ਦਾ, ਉਹ ਨੰਬਰ ਲੱਭ ਕੇ ਫਿਰ ਉਹਨੇ ਫਿਰ ਕੀਤਾ, ਤੇ ਫਿਰ ਕਾਕੇ ਮੇਰੇ ਨਾਲ ਗੱਲ ਪਹਿਲੂ ਹੋਈ ਹੈ ਵੀ ਉਹ ਹੁਣ ਆਪਣਾ ਤੁਹਾਡੀ ਗੱਲ ਕਰਾਉਂਦੇ ਹਾਂ। ਚਲੋ ਚੰਗਾ, ਸਲਾਮ ਦੁਆ ਫਿਰ, ਸਲਾਮ ਦੁਆ।